ਓਏ ਸਾਜਨੇ ਓਏ ਸਾਜਨੇ ਓਏ ਮੀਤ ਪਿਆਰੇ ਓਏ ਸਾਜਨੇ ਮੀਤ ਪਿਆਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕਾ ਹਰ ਨਾਮ ਚਿਤਾ
ਜਮਦੂਤ ਬਿਦਾਰੇ ਓ ਸਾਜਨ ਜੋ ਕੀ ਧੀਰ ਕੇ ਇਸ ਮਨੇ ਸਦਾਰੇ ਓ ਸਾਜਨ ਸਾਜਨ ਓ ਮੀਤ ਪਿਆਰੇ ਜਾਗੇ ਸਿਮਰਨ ਮੁਖ ਉਜਲਾਰੇ ਓ ਸਾਜਨ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਓਏ ਸਾਜਨ ਓਏ ਮੀਤ ਪਿਆਰੇ ਸੱਜਣ ਸੇ ਨਾਲ ਮੈਂ ਸੱਜਣ ਮਿਲੇ ਸੱਜਣਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਓਏ ਸਾਜਨ ਮੇਰੇ ਪ੍ਰੀਤਮ ਤਿੰਨੀ ਧਿਆਇਆ ਓਏ ਸਾਜਨ ਮੇਰੇ ਪ੍ਰੀਤਮ ਤਿੰਨੀ ਧਿਆਇਆ ਸੱਚ ਪ੍ਰੇਮ ਪਿਆਰ ਓਏ ਸੱਜਣ ਮਿਲੇ ਨਾ ਵਿਛੜੇ ਨਾ ਵਿਛੜੇ ਓਏ ਸਾਜਨ ਨਾਨਕ ਕਚੁੜਿਆ ਸੋ ਤੋੜੇ ਨਾਨਕ ਕਚੜਿਆ ਸੋ ਤੋੜੇ ਢੂੰਡ ਸੱਜਣ ਢੂੰਡ ਸੱਜਣ ਓਏ ਸਾਜਨ ਓਏ ਮੀਤ ਪਿਆਰ ਜੋ ਹਮਕੋ ਹਰ ਨਾਮ ਚਿਤਾਰੇ ਢੂੰਡ ਸੱਜਣ ਕਛੜਿਆ ਸਿਓ ਤੋੜੇ ਜਿੰਨਾ ਦਿਸਦਿਆ ਦੁਰਮਤ ਵੰਜੇ
ਸੰਧਿਆ ਦੁਰਮਤ ਵੰਜੇ ਮਿੱਤਰ ਅਸਾਡੜੇ ਸੋਈ ਢੂੰਡ ਸੱਜਣ ਖਿਆਲ ਕਰਿਓ ਰਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਚਾਰ ਹੋਈ ਸੀ ਤੇ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਰਾਮਕਲੀ ਰਾਗ ਵਿੱਚ ਪਹਿਲੇ ਦੋ ਸ਼ਬਦ ਜਿਹੜੇ ਨੇ ਉਹਨਾਂ ਵਿੱਚ ਇੱਕ ਮਸਲਾ ਸਾਂਝਾ ਹੈ ਉਹ ਹੈ ਦੁਰਮਤ ਦਾ ਰਾਤ ਵੀ ਸਵਾਲ ਸੀ ਰੇ ਮਨ ਓਟ ਲਿਹੋ ਹਰਨਾਮਾ ਕਿਉਂ ਜਾਂ ਕੇ ਸਿਮਰਨ ਦੁਰਮਤ ਨਾਸੇ ਦੁਰਮਤ ਨਾਸ ਹੋ ਜਾਏ ਖਤਮ ਹੋ ਜਾਏ ਤੇ ਆਉਣ ਵਾਲੇ ਸ਼ਬਦ ਦਾ ਵੀ ਮਸਲਾ ਇਹੋ ਹੀ ਹੈ ਸਾਧੂ ਕੌਣ ਜੁਗਤ ਅਬ ਤੀਜੇ ਜਾਂ ਤੇ ਦੁਰਮਤ ਸਗਲ ਬਿਨਾਸੀ ਮਸਲਾ ਦੁਰਮਤ ਦਾ ਅਤੇ ਮੈਂ ਕੀਤੀ ਸੀ ਆਪਾਂ ਸਮਝ ਲਈਏ ਦੁਰਮਤ ਤੋਂ ਇੰਨੀ ਪਰੇਸ਼ਾਨੀ ਕਿਉਂ ਹੈ ਅਤੇ ਲਫਜ਼ ਸਨ ਕਿ ਦੁਰਮਤ ਬਣੀ ਹੈ ਦੁਰਜਨ ਤੋਂ ਦੁਰਜਨ ਦਾ ਅਰਥ ਹੈ ਦੁਸ਼ਮਣ ਦੁਸ਼ਮਣ ਦੀ ਮੱਤ ਕਦੀ ਭਰੋਸਾ ਨਾ ਕਰੋ ਵੀ ਚੰਗੀ ਮਿਲੇਗੀ ਸਵਾਲ ਇਹ ਸੀ ਜਿਹੜੀ ਮੱਤ ਦੁਸ਼ਮਣ ਦੇਵੇ ਦੁਰਜਨ ਦੇਵੇ ਉਹਦੇ ਤੋਂ ਚੌਕਸ ਹੋ ਜਾਓ ਬਚੋ ਕਿਉਂਕਿ ਦੁਰਜਨ ਕਦੀ ਵੀ ਚੰਗੀ ਮੱਤ ਨਹੀਂ ਦੇਵੇਗਾ ਉਹ ਸਿਵਿਆਂ ਦੇ ਰਾਹ ਪਾਵੇਗਾ ਐਸੀ ਮੱਤ ਦੇਵੇਗਾ ਜਿਸ ਨਾਲ ਇਹ ਆਪੇ ਹੀ ਖਤਮ ਹੋ ਜਾਏ ਇਸ ਲਈ ਦੁਰਮਤ ਤੋਂ ਬਚਣ ਵਾਸਤੇ ਦੁਰਜਨ ਦੀ ਪਛਾਣ ਜ਼ਰੂਰੀ ਹੈ ਅਤੇ ਦੁਰਜਨ ਦਾ ਅਪੋਜ਼ਿਟ ਲਫਜ਼ ਹੈ ਸੱਜਣ ਜਿਹੜਾ ਦੁਸ਼ਮਣ ਨਾ ਹੋ ਦੋ ਹੀ ਚੀਜ਼ਾਂ ਨੇ ਜਾਂ ਦੁਸ਼ਮਣ ਜਾਂ ਸੱਜਣ ਅਤੇ ਦੋਵਾਂ ਵਿੱਚੋਂ ਪਛਾਣਨ ਦੀ ਬਹੁਤ ਜ਼ਰੂਰੀ ਹੈ ਸਮਝਣੇ ਮੈਂ ਅੱਜ ਇਸ ਮਸਲੇ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਹਿੰਦੇ ਨੇ ਜੀ ਜੇ ਦੁਰਜਨ ਤੋਂ ਬਚਣਾ ਕਿਉਂਕਿ ਦੁਰਜਨ ਤੋਂ ਬਚੇ ਬਿਨਾਂ ਦੁਰਮਤ ਤੋਂ ਨਹੀਂ ਬਚ ਸਕਦੇ
ਦੁਰਜਨ ਨੇ ਹਮੇਸ਼ਾ ਤੁਹਾਨੂੰ ਦੁਰਮਤ ਦੇਣੀ ਹੈ, ਭੈੜੀ ਮਤ। ਅਤੇ ਗੁਰੂ ਬਾਰ ਬਾਰ ਇੱਕ ਗੱਲ ਕਹਿ ਰਿਹਾ, ਦੁਤੀਆ ਦੁਰਮਤ ਦੂਰ ਕਰ, ਤੇਰੇ ਜੀਵਨ ਦੀ ਸੁਰੱਖਿਆ ਲਈ ਦੁਤੀਆ ਦੁਰਮਤ ਦੂਰ ਕਰ, ਗੁਰ ਸੇਵੋ ਕਰਨੀ ਰਾਮ ਰਤਨ ਮਨ ਧਨ ਬਸੇ, ਤਜ ਕਾਮ ਕ੍ਰੋਧ ਲੋਭ ਮੀਤ। ਫਿਰ ਕੀ ਹੋਵੇਗਾ? ਦੁਰਮਤ ਦੇ ਨਾਸ ਹੋਣ ਨਾਲ ਸਾਰਾ ਸਬਜੈਕਟ ਸਮਝਾ ਰਹੇ ਨੇ, ਕਹਿੰਦੇ ਨੇ ਮਰਨ ਮਿਟੇ। ਹੁਣ ਇਹ ਤਾਂ ਹੈ ਨਹੀਂ ਸਰੀਰ ਦਾ ਮਰਨ ਮਿਟ ਸਕਦਾ, ਆਤਮਾ ਮਰ ਜਾਂਦੀ ਹੈ, ਗੁਣ ਗਲ ਜਾਂਦੇ ਨੇ, ਕਿਉਂਕਿ ਗੁਣਾਂ ਦਾ ਸੰਬੰਧ ਆਤਮਾ ਨਾਲ ਹੈ, ਉਹ ਮਰ ਜਾਂਦੀ ਹੈ। ਤੇ ਜੇ ਦੁਰਮਤ ਚਲੀ ਜਾਏ ਤਾਂ ਗੁਣ ਨਹੀਂ ਗਲਦੇ, ਆਤਮਾ ਨਹੀਂ ਮਰਦੀ। ਮਰਨ ਨੂੰ ਮਿਟੇ ਜੀਵਨ ਮਿਲੇ, ਬਿਨ ਸੇ ਸਗਲ ਕਲੇਸ਼ ਢੂੰਡ ਸੱਜਣ, ਮਰਨ ਮਿਟੇ ਜੀਵਨ ਮਿਲੇ, ਬਿਨ ਸੇ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼ ਲਾਭ ਮਿਲੇ। ਫਿਰ ਤੇਰੇ ਜੀਵਨ ਦਾ ਕੀਮਤੀ ਸਰਮਾਇਆ ਬੇਅਰਥ ਨਹੀਂ ਜਾਏਗਾ। ਲਾਭ ਮਿਲੇ ਟੋਟਾ ਹਰੇ, ਹਰ ਦਰਗੇ ਪਤਵੰਤ ਰਾਮ ਨਾਮ ਧਨ ਸੰਚਵੈ ਸਾਚ ਸਾਹੋ ਭਗਵੰਤ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪਰੀਤ, ਨਾਨਕ ਦੁਰਮਤ ਛੁੱਟ ਗਈ। ਲਓ ਗੱਲ ਤਾਂ ਦੁਰਮਤ ਦੀ ਹੈ, ਦੁਰਮਤ ਦਾ ਛੁਟਕਾਰਾ ਦੁਰਜਨ ਨੂੰ ਪਛਾਣ ਕੇ ਹੋਣਾ ਹੈ। ਇਸ ਲਈ ਦੁਰਜਨ ਨੂੰ ਪਛਾਣਨਾ ਜ਼ਰੂਰੀ ਹੈ। ਅਤੇ ਦੁਰਜਨ ਦਾ ਅਪੋਜ਼ਿਟ ਲਫਜ਼ ਹੈ ਸੱਜਣ ਦੀ ਨੇੜਤਾ ਕਰਨੀ, ਕਿਉਂਕਿ ਸੱਜਣ ਉਹ ਜਿਹਦੇ ਮਿਲਿਆ ਦੁਰਮਤ ਨਾਸ ਹੋ ਜਾਏ। ਜਿੰਨਾ ਦਿਸੰਦਿਆ ਦੁਰਮਤ ਵੰਜੇ, ਮਿੱਤ
ਸਾਡੜ ਸੇ ਓਏ ਸਾਜਨ ਓਏ ਸਾਜਨ ਓਏ ਮੀਤ ਪਿਆਰ ਜਿੰਨਾ ਦਿਸੰਦਿਆ ਦੁਰਮਤ ਵੰਨ ਹੋ ਡੁੰਡੇਂਦੀ ਜੱਗ ਸਭਾ ਲਓ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਸੱਜਣ ਨੂੰ ਮਿਲਿਆ ਦੁਰਜਨ ਦਾ ਛੁਟਕਾਰਾ ਹੁੰਦਾ ਹੈ ਅਤੇ ਦੁਰਜਨ ਦਾ ਛੁਟਕਾਰਾ ਹੋਇਆ ਦੁਰਮਤ ਤੋਂ ਬਚਿਆ ਜਾ ਸਕਦਾ ਉਦੋਂ ਦੀ ਇੱਕ ਢੂੰਡ ਸ਼ੁਰੂ ਹੋ ਗਈ ਸੱਜਣ ਦੇ ਹੁਣ ਮੁਸ਼ਕਲ ਇੱਕ ਹੋਰ ਬਣ ਗਈ ਪਿਛਲੇ ਦਿਨਾਂ ਵਿੱਚ ਇੱਕ ਲਫ਼ਜ਼ ਆਏ ਸਨ ਕਿ ਢੂੰਡ ਬੜੀ ਮੁਸ਼ਕਲ ਹੈ ਇੱਥੇ ਢੂੰਡਣ ਦਾ ਮਸਲਾ ਆ ਗਿਆ ਹਾਂ ਢੂੰਡੇ ਦੀ ਜੱਗ ਸਭਾ ਖੰਭ ਵਿਕੰਦੜੇ ਜੇਲਾ ਢੂੰਡ ਇੰਨੀ ਬਲਵਾਨ ਅਤੇ ਇੰਨੀ ਪ੍ਰਬਲ ਹੋ ਗਈ ਮੇਰਾ ਦਿਲ ਕਰੇ ਮੈਂ ਪਲਾਂ ਵਿੱਚ ਸਾਰੇ ਸੰਸਾਰ ਵਿੱਚੋਂ ਆਪਣਾ ਸੱਜਣ ਢੂੰਡ ਕੇ ਲੱਭ ਲਵਾਂ ਖੰਭ ਵਿਕੰਦੜੇ ਜੇਲਾ ਕਿੰਨਾ ਸਾਵੀ ਤੋਲ ਤਨ ਚੜਾਈ ਆਪਣੇ ਲਹਾ ਗੱਲ ਸੱਜਣ ਦੀ ਆ ਗਈ ਹੈ ਲਹਾ ਸੋ ਸੱਜਣ ਟੋਲ ਹਾਂ ਢੁੰਡੇ ਦੀ ਸੱਜਣਾ ਢੂੰਡ ਸੱਜਣ ਇੱਥੇ ਫਿਰ ਰੁਕਣਾ ਚਾਹੁੰਦਾ ਪਿਛਲੇ ਕੁਛ ਦਿਨ ਕੁਛ ਸਮਾਂ ਪਹਿਲਾਂ ਇੱਕ ਸਵਾਲ ਖੜਾ ਹੋਇਆ ਸੀ ਰੱਬ ਨੂੰ ਉਡੀਕਣਾ ਹੈ ਕਿ ਢੂੰਡਣਾ ਹੈ ਉਸ ਲਫ਼ਜ਼ ਨੂੰ ਮੈਂ ਅੱਜ ਫਿਰ ਸਾਂਝਾ ਕਰਨਾ ਚਾਹੁੰਦਾ ਹਾਂ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਉਹ ਲਫ਼ਜ਼ ਸਨ ਉਡੀਕਣ ਵਾਲਾ ਜਿਹੜਾ ਘਰ ਉਡੀਕ ਰਿਹਾ ਹੈ ਉਹ ਘਰ ਬੈਠਾ ਹੈ ਉਹਦੇ ਭਟਕਣ ਦੀ ਭੁੱਲਣ ਦਾ ਕੋਈ ਚਾਂਸ ਨਹੀਂ ਉਹ ਆਪਣੇ ਘਰ ਬੈਠਾ ਹੈ ਉਡੀਕ ਰਿਹਾ ਕਿਸੇ ਨੂੰ ਘਰ ਛੱਡਦਾ ਹੀ ਨਹੀਂ ਬਲਕਿ ਜੇ ਉਹਨੂੰ ਕੋਈ ਆਵਾਜ਼ ਵੀ ਦਿੰਦਾ ਨਾ ਚੱਲ ਮੇਰੇ ਨਾਲ 10 ਮਿੰਟ ਆਪਾਂ ਹੁਣੇ ਆ ਜਾਣਾ ਕਹਿੰਦਾ ਵੀ ਨਹੀਂ ਪਤਾ ਨਹੀਂ ਮੈਂ ਕਿਸੇ ਨੂੰ ਉਡੀਕ ਰਿਹਾ ਕਦੋਂ ਉਹ ਆ ਜਾਏ ਇਸ ਲਈ ਉਡੀਕਣ ਵਾਲਾ ਸਥਿਰਾ ਘਰ ਬੈਠਾ ਜਿਸਲਾ ਜਿਹੜਾ ਘਰ ਕਿਸੇ ਨੂੰ ਉਡੀਕ ਰਿਹਾ ਉਹ ਘਰ ਸਜਾ ਕੇ ਵੀ ਰੱਖਦਾ ਕਿਉਂਕਿ ਕਿਸੇ ਨੇ ਆਉਣਾ ਹੈ ਅਤੇ ਉਸਦੇ ਉਲਟ ਜਿਹੜਾ ਢੂੰਡਣ ਵਾਲਾ ਹੈ ਉਹਨੂੰ ਘਰ ਛੱਡਣਾ ਪੈਂਦਾ ਬਿਲਕੁਲ ਉਲਟ ਸੀ
ਜੇ ਉਹ ਘਰ ਹੀ ਬੈਠਾ ਢੂੰਡੇਗਾ ਕੀ। ਉਡੀਕਣ ਵਾਲਾ ਘਰ ਬੈਠਾ ਹੈ, ਘਰ ਸਜਾ ਕੇ ਬੈਠਾ ਹੈ, ਘਰ ਵਿੱਚ ਉਹਦੇ ਸਾਰੇ ਇੰਤਜ਼ਾਮ ਨੇ। ਬਲਕਿ ਗੁਰਬਾਣੀ ਵਿੱਚ ਇੱਕ ਸ਼ਬਦ ਆਇਆ ਇੱਕ ਥਾਂ 'ਤੇ ਜਿਹਦੇ ਵਿੱਚ ਉਹ ਲਫਜ਼ ਨੇ ਕਿ ਮੈਂ ਅੱਜ ਆਪਣੇ ਪ੍ਰੀਤਮ ਨੂੰ ਉਡੀਕ ਰਹੀ ਹਾਂ। ਅਤੇ ਉਹ ਐਗਜ਼ਾਮਪਲ ਬੜੀ ਖੂਬਸੂਰਤ ਹੈ, ਓਏ ਕਿ ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਨੋ, ਮਹਿਲ ਭਗਤੀ ਘਰ ਸਰੈ ਸੱਜਣ ਪਾਹੁਣਿਓ। ਇੱਥੇ ਵੀ ਲਫ਼ਜ਼ ਸੱਜਣ ਨੇ, ਭਗਤੀ ਦਾ ਘਰ ਹੈ ਅਤੇ ਸਰਦਾ ਪੁਰਜ ਦਾ ਘਰ ਹੈ। ਗਰੀਬ ਨੇ, ਜਿਹੜਾ ਗਰੀਬ ਹੋਵੇ ਉਹਦੇ ਘਰ ਪ੍ਰਾਹੁਣਾ ਕੀ ਆਉਣਾ, ਅਤੇ ਜੇ ਆਉਣਾ ਤਾਂ ਉਹਨੇ ਭੁੱਖਾ ਹੀ ਜਾਣਾ। ਮਹਿਲ ਭਗਤੀ ਘਰ ਸਾਰਾ ਸੱਜਣ ਪਾਹੁਣੇ ਹੋ। ਅਤੇ ਫਿਰ ਅੱਗੇ ਲਫਜ਼ ਨੇ ਬਰਸਨਾ ਤਾਂ ਬਰਸ ਕਹਿਣਾ, ਬਹੁਤ ਬਰਸਿੰਗ ਤਾਏ, ਮੈਂ ਤਾਂ ਘਰ ਜਾਣਾ ਹੀ ਨਹੀਂ, ਮਾਲਕ ਨੇ ਪ੍ਰੀਤਮ ਨੇ ਸੱਜਣ ਨੇ ਘਰ ਆਉਣਾ ਹੈ। ਅਤੇ ਉਹਦੇ ਘਰ ਆਉਣ ਨਾਲ ਜੇ ਤੂੰ ਬਾਰਿਸ਼ ਦਿਨ ਰਾਤ ਪੈਂਦੀ ਰਹੇ ਤਾਂ ਉਹ ਘਰੋਂ ਜਾਣ ਜੋਗਾ ਨਹੀਂ ਰਹੇਗਾ। ਖਿਆਲ ਬਣਦੀ। ਅਤੇ ਇੱਥੇ ਵੀ ਮੈਂ ਸਾਂਝੇ ਕਰਨਾ ਚਾਹੁੰਦਾ ਕਿ ਭਲਿਓ ਜਿੰਨੇ ਉਡੀਕਣਾ ਉਹਨੇ ਘਰ ਬੈਠਣਾ ਹੈ, ਉਹਦਾ ਘਰ ਸਰੈ, ਉਹਨੇ ਘਰ ਵਿੱਚ ਆਪਣਾ ਸਮਾਨ ਵੀ ਇਕੱਤਰ ਕਰਨਾ, ਕਿਸੇ ਨੂੰ ਫਿਰ ਉਹਨੇ ਨੇ ਆਉਣਾ, ਘਰ ਵਿੱਚ ਚੰਗਾ ਖਾਣਾ ਵੀ ਚਾਹੀਦਾ, ਚੰਗਾ ਬੈਠਣਾ ਵੀ ਚਾਹੀਦਾ। ਇਹ ਸਾਰੀਆਂ ਚੀਜ਼ਾਂ ਜਿੰਨੇ ਉਡੀਕਣੀਆਂ ਨੇ ਉਹਦੇ ਕੋਲ ਨੇ, ਪਰ ਇਸ ਦੇ ਉਲਟ ਜਿੰਨੇ ਢੂੰਡਣਾ ਹੈ ਉਹਨੇ ਘਰ ਛੱਡਣਾ ਹੈ, ਘਰ ਛੱਡਣਾ, ਨਿਰਾ ਘਰ ਛੱਡਣਾ ਨਹੀਂ, ਜਿੰਨੇ ਢੂੰਡਣਾ ਹੈ ਉਹਨੂੰ, ਜਿਹਨੂੰ ਢੂੰਡ ਰਿਹਾ ਹੈ ਉਹਦੀ ਪਛਾਣ ਵੀ ਹੋਣੀ ਚਾਹੀਦੀ ਹੈ। ਜਿਹਨੂੰ ਢੂੰਡਣ ਜਾਣਾ ਹੈ ਉਹਦੀ ਪਛਾਣ ਨਾ ਹੋਵੇ ਫਿਰ ਭੁਲੇਖਾ ਪੈ ਜਾਏਗਾ। ਸਤਿਗੁਰੂ ਨੇ ਬਾਣੀ ਅੰਦਰ ਹਰ ਗੱਲ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ। ਸਤਿਗੁਰੂ ਕਹਿੰਦੇ ਨੇ ਕਈ ਵਾਰ ਐਸਾ ਵੀ ਹੁੰਦਾ ਹੈ, ਹਾਂ ਢੂੰਡੇਂਦੀ ਸੱਜਣਾ, ਮੈਂ ਢੂੰਡ ਰਹੀ ਹਾਂ ਪਰ ਇਹ ਪਤਾ ਹੀ ਨਹੀਂ, ਸੱਜਣ ਮੈਂ ਦੇ ਨਾਲ, ਜਿਹਨੂੰ ਢੂੰਡ ਰਹੀ ਹਾਂ ਉਹ ਤਾਂ ਮੇਰੇ ਕੋਲ ਹੈ, ਮੈਂ ਉਹਨੂੰ ਪਛਾਣਦੀ ਵੀ ਨਹੀਂ। ਦੇਖੋ ਢੂੰਡਣ ਵਾਲੇ ਦਾ ਅੰਤਰ, ਹਾਂ ਢੂੰਡੇਂਦੀ ਸੱਜਣਾ, ਸੱਜਣ ਮੈਂ ਦੇ ਨਾਲ, ਨਾਨਕ ਅਲਖ ਨਾ ਲਖੀ ਹੈ, ਉਹ ਅਲਖ ਹੈ, ਮੈਂ ਉਹਨੂੰ ਲੱਖ ਨਹੀਂ ਸਮਝ ਸਕਦੀ, ਪਛਾਣ ਨਹੀਂ ਸਕਦੀ, ਉਹ ਮੇਰੇ ਕੋਲ ਹੈ, ਮੈਂ ਬਾਹਰ ਢੂੰਡ ਰਹੀ ਹਾਂ। ਬਲਕਿ ਗੁਰੂ ਨੇ ਬਾਣੀ ਅੰਦਰ ਇੱਕ ਹੋਰ ਥਾਂ 'ਤੇ ਲਫ਼ਜ਼ ਕਹਿਣ ਲੱਗੇ,
ਸਾਜਨ ਦੇਸ ਸਾਜਨ ਦੇਸ ਵਿਦੇਸ਼ੀਅੜੇ ਸੁਨਹਿੜੇ ਦਿੰਦੀ ਸੱਜਣ ਤਾਂ ਦੇਸ ਵਿੱਚ ਹੈ ਉਹ ਕੋਲ ਹੈ ਤੇ ਸੁਨੇਹ ਭੇਜ ਰਹੀ ਹੈ ਵਿਦੇਸ਼ਾਂ ਨੂੰ ਸਮਝਦੀ ਹੈ ਰੱਬ ਕਿਤੇ ਦੂਰ ਹੈ ਫਰਕ ਪੈ ਗਿਆ ਨਾ ਕਹਿਣ ਲੱਗੇ ਇਸ ਲਈ ਜੇ ਢੂੰਡਣ ਦਾ ਮਸਲਾ ਹੈ ਤੇ ਬੜੀ ਜ਼ਿੰਮੇਵਾਰੀ ਦਾ ਮਸਲਾ ਹੈ ਢੂੰਡਣ ਵਾਲੇ ਨੂੰ ਘਰ ਵੀ ਛੱਡਣਾ ਪੈਣਾ ਹੈ ਢੂੰਡਣ ਵਾਲੇ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਜਿਹਨੂੰ ਢੂੰਡ ਰਹੀ ਹੈ ਜਿਹਨੂੰ ਢੂੰਡਣਾ ਹੈ ਉਹਦੀ ਪਛਾਣ ਹੋਵੇ ਤੇ ਇੱਥੇ ਲਫ਼ਜ਼ ਢੂੰਡਣ ਦਾ ਸੱਜਣ ਨੂੰ ਢੂੰਡਣਾ ਹੈ ਤੇ ਢੂੰਡਣਾ ਵੀ ਸਾਰੇ ਸੰਸਾਰ ਵਿੱਚ ਹਾਂ ਢੂੰਡਣ ਦੀ ਸੱਜਣਾ ਸੱਜਣਾ ਖੰਭ ਵਿਕੰਦੜੇ ਜੇਲਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੁਸੱਜਣ ਟੋ ਜਿੰਨਾ ਦਿਸੰਦੜਿਆ ਦੁਰਮਤ ਵੰਜੈ ਸ਼ਰਤਾ ਸੱਜਣੋ ਜਿੰਦੀ ਪਛਾਣ ਹੋਵੇ ਤੇ ਪਛਾਣ ਵੀ ਨਾਲ ਦੱਸ ਰਹੇ ਨੇ ਕਹਿੰਦੇ ਨੇ ਸੱਜਣ ਉਹ ਜਿਹਦੇ ਮਿਲਣ ਨਾਲ ਦੁਰਮਤ ਦੂਰ ਹੋ ਜਾਏ ਕਿਉਂਕਿ ਸਭ ਤੋਂ ਵੱਡਾ ਮਸਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਰਾਤ ਦਾ ਇਹ ਸੀ ਵੀ ਦੁਰਮਤ ਵੱਜੇ ਦੁਰਮਤ ਨਾਸ ਹੋਏ ਜਾਂ ਕਿ ਸਿਮਰਨ ਦੁਰਮਤ ਨਾਸੇ ਅਤੇ ਦੁਰਮਤ ਤਾਂ ਹੀ ਨਾਸੇ ਜੇ ਦੁਰਜਨ ਦੀ ਪਛਾਣ ਹੋਵੇ ਅਤੇ ਸੱਜਣ ਦੀ ਪਛਾਣ ਹੋਵੇ ਚਾਹੀਦਾ ਸੱਜਣ ਹੈ ਅਤੇ ਕਿਤੇ ਦੁਰਜਨ ਨੂੰ ਹੀ ਸੱਜਣ ਨਾ ਸਮਝ ਬੈਠੇ ਸਤਿਗੁਰੂ ਨੇ ਬਾਣੀ ਅੰਦਰ ਹਰ ਗੱਲ ਸੁਚੇਤ ਕੀਤਾ ਕਹਿੰਦੇ ਨੇ ਕਾਜ ਬਿਹਾਜਣ ਕਾਜ ਬਿਹਾਜਣ ਕੰਚਨ ਛਾਡਣ ਜਿਹਨੂੰ ਪਛਾਣ ਨਹੀਂ ਉਹ ਕੱਚ ਪਿਆ ਵਿਆਜਦਾ ਹੈ ਅਤੇ ਜਿਹੜਾ ਕੰਚਨ ਹੈ ਸੋਨਾ ਹੈ ਉਹਨੂੰ ਛੱਡ ਦਿੰਦਾ ਹੈ ਪਛਾਣ ਕੋਈ ਕਹਿੰਦੇ ਨੇ ਉਹਦੀ ਹਾਲਤ ਕੀ ਹੈ ਕੱਚ ਵਿਆਜਣ ਕੰਚਨ ਛੱਡਣ ਵੈਰੀ ਸੰਗ ਹੇਤ ਜਿਹੜਾ ਦੁਸ਼ਮਣ ਸੀ ਦੁਰਜਨ ਸੀ ਉਹਦੇ ਨਾਲ ਪਿਆਰ ਪਾਈ ਬੈਠਾ ਹੈ ਪਛਾਣ ਕੋਈ ਨਹੀਂ ਵੈਰੀ ਸੰਗਹੇਤ ਸੱਜਣ ਤਿਆਗ ਖਰੇ ਗੁਰਬਾਣੀ ਜਿਹੜਾ ਸੱਜਣ ਜਿਹਨੂੰ ਢੂੰਡ ਰਿਹਾ ਸੀ ਉਹਨੂੰ ਤਿਆਗ ਛੱਡਾ ਕਹਿੰਦੇ ਨੇ ਵੈਰੀ ਸੰਗਹੇਤ ਸੱਜਣ ਤਿਆਗ ਖਰੇ ਪਛਾਣ ਜ਼ਰੂਰੀ ਹੈ ਹੁਣ ਮਸਲਾ ਇਹ ਹੈ ਵੀ ਜੇ ਤੂੰ ਸੱਜਣ ਨੂੰ ਢੂੰਡਣਾ ਹੈ ਤਾਂ ਢੂੰਡਣ ਵਾਲੇ ਦੀ ਜ਼ਿੰਮੇਵਾਰੀ ਹੈ ਅਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹ ਇਹ
ਕਿ ਸੱਜਣ ਅਤੇ ਦੁਸ਼ਮਣ ਦੀ ਪਛਾਣ ਹੋਵੇ। ਅਜੋਕੇ ਯੁੱਗ ਅੰਦਰ ਅਸੀਂ ਆਪਣੇ ਅੰਦਰ ਝਾਤ ਮਾਰੀਏ, ਅੱਜ ਸਾਡੇ ਕੋਲ ਇਹ ਪਛਾਣ ਵੀ ਕੋਈ ਨਹੀਂ, ਸੱਜਣ ਕਿਹੜਾ ਹੈ, ਦੁਸ਼ਮਣ ਕਿਹੜਾ ਹੈ। ਸਤਿਗੁਰ ਨੇ ਬਾਣੀ ਅੰਦਰ ਆਖਿਆ, ਗੱਲੀ ਸੋ ਸੱਜਣ ਵੀ। ਬਾਬਾ ਫਰੀਦ ਕਹਿੰਦੇ, ਫਰੀਦਾ, ਗੱਲੀ ਸੋ ਸੱਜਣ ਵੀ। ਗੱਲਾਂ ਨਾਲ ਤੁਹਾਨੂੰ ਆਪਣੇ ਆਪ ਨੂੰ ਤੁਹਾਡਾ ਮਿੱਤਰ ਅਖਵਾਉਣ ਲਈ, ਸਾਬਤ ਕਰਨ ਲਈ ਵੀ ਲੋਕ ਮਿਲ ਜਾਣਗੇ, ਆਖਣਗੇ ਮੇਰੇ ਵਰਗਾ ਤੇਰਾ ਖੈਰ ਖਵਾ ਕੋਈ ਨਹੀਂ। ਗੱਲੀ ਸੋ ਸੱਜਣ ਵੀ, ਹੇਕ ਢੂੰਡੇਂਦੀ ਨਾਲ ਹਾਂ। ਜਦੋਂ ਮੈਂ ਢੂੰਡ ਵਿੱਚ ਅਤੇ ਸੱਜਣ ਦੀ ਢੂੰਡ ਪਛਾਣ ਵਿੱਚ ਪਈ ਹਾਂ, ਮੈਨੂੰ ਇੱਕ ਨਹੀਂ ਮਿਲਿਆ, ਇੱਕ ਨਹੀਂ ਮਿਲਿਆ। ਗੱਲੀ ਸੋ ਸੱਜਣ ਵੀ, ਹੇਕ ਢੂੰਡੇਂਦੀ ਨਾਲ ਹਾਂ। ਮੈਂ ਢੂੰਡਦੀ ਹਾਂ, ਮੈਨੂੰ ਸੱਜਣ ਇੱਕ ਨਹੀਂ ਮਿਲਦਾ। ਗੱਲਾਂ ਵਾਲੇ ਹੈਨ ਕਨੇਰੇ, ਸੁਖ ਮਾਣ ਬਹੁਤ ਮਿਲ ਬੈਠ, ਰਹਿਤ ਚਹੂ ਦਿਸ ਗੇਰੇ। ਗੱਲੀ ਸੋ ਸੱਜਣ ਵੀ, ਸੁਖ ਮਾਣ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਗੇਰੇ। ਬਿਪਤ ਪਰੀ ਪਤਾ ਤਾਂ ਉਦੋਂ ਲੱਗਣੇ ਸੱਜਣ ਦਾ, ਪਤਾ ਤਾਂ ਉਦੋਂ ਲੱਗਣਾ ਜਿਹੜਾ ਔਖੇ ਵੇਲੇ ਕੰਮ ਆਵੇ। ਬਿਪਤ ਭਰੀ ਸਭ ਹੀ ਸੰਗ ਛੱਡਤ। ਬਾਣੀ ਅੰਦਰ ਬੜੀਆਂ ਐਗਜ਼ਾਮਪਲ ਦਿੱਤੀਆਂ ਨੇ। ਕਹਿੰਦੇ ਨੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਿਆਣ ਲੁਟਾਰੈ। ਅੱਗੇ ਜਾ ਕੇ ਕਹਿੰਦੇ ਨੇ, ਜਦੋਂ ਬੁਢੇਪਾ ਆ ਗਿਆ, ਛਿਣ ਛਿਣ ਤਣ ਛੀਜੈ ਜਰਾ ਜਨਾਵੈ। ਜਦੋਂ ਬੁਢੇਪਾ ਜਰਾ ਆ ਗਿਆ, ਉਦੋਂ ਪਤਾ ਲੱਗੇਗਾ ਤਬ ਤੇਰੀ ਉਹ ਕੋਈ ਪਾਣੀ ਨਾ ਪਾਵੈ। ਉਦੋਂ ਪਤਾ ਲੱਗੇਗਾ ਤੇਰਾ ਆਪਣਾ ਕਿਹੜਾ ਹੈ। ਸੰਪਦਾ ਸੰਭਾਲਣ ਵਾਲੇ ਬੜੇ ਆ ਜਾਣਗੇ, ਪਰ ਤੈਨੂੰ ਸੰਭਾਲਣ ਵਾਲਾ ਕਿਹੜਾ ਹੈ ਉਦੋਂ ਪਤਾ ਲੱਗਣਾ ਹੈ। ਛਿਣ ਛਿਣ ਤਣ ਛੀਜੈ ਜਰਾ ਜਨਾਵੈ, ਤਬ ਤੇਰੀ ਔਖ ਕੋਈ ਪਾਣੀਓ ਨਾ ਪਾਵੇ। ਉਦੋਂ ਤੋਂ ਬੁੱਕ ਵਿੱਚ ਆਖੇਂਗਾ ਮੈਂ, ਪਾਣੀ ਮੈਨੂੰ ਪਿਆਸ ਲੱਗੀ ਹੈ, ਕੋਈ ਮੇਰੀ ਬੁੱਕ ਵਿੱਚ ਪਾਣੀ ਪਾ ਦੇਵੇ, ਉਹ ਵੀ ਕੋਈ ਮਿਲਦਾ। ਪਤਾ ਉਦੋਂ ਲੱਗਣਾ ਸੱਜਣਾ ਦਾ। ਗੱਲੀ ਸੋ ਸੱਜਣ ਵੀ, ਇੱਕ ਢੁਨੇਂਦੀ ਨਾਲ ਹਾਂ। ਧੁੱਖਾਂ ਜਿਉਂ ਮਿਲੀ, ਬਸ ਮੇਰੇ ਮਨ ਅੰਦਰ ਇਹ ਹੀ ਦੁੱਖ ਹੈ, ਮੈਂ ਸੱਜਣ ਅਤੇ ਦੁਸ਼ਮਣ ਦੀ ਪਛਾਣ ਨਹੀਂ ਕਰ ਸਕੀ। ਧੁੱਖਾਂ ਜਿਉਂ ਮਿਲੀ, ਕਿਉਂਕਿ ਲਫਜ਼ਾਂ ਦੀ ਅਸੀਂ ਸਮਝ ਵੀ ਨਾਲ ਨਾਲ ਲੈਣੀ, ਗਿਆਨ ਲੈਣਾ ਹੈ। ਮਲੀ ਲਫਜ਼ ਮੈਲ ਤੋਂ ਬਣਿਆ ਹੈ, ਅਤੇ ਪਸ਼ੂ ਦੀ ਮੈਲ ਕੀ ਹੁੰਦੀ ਹੈ, ਗੋਹੇ। ਧੁੱਖਾਂ ਅਤੇ ਗੋਹਾ ਜਿਹੜਾ ਹੈ ਉਹ ਕਦੀ ਬਲਦਾ ਨਹੀਂ, ਧੁੱਖਦਾ ਹੈ। ਜਿਨ੍ਹਾਂ ਬਜ਼ੁਰਗਾਂ ਨੂੰ ਮਾਤਾਵਾਂ ਭੈਣਾਂ ਬੈਠੀਆਂ ਨੇ, ਬਜ਼ੁਰਗ ਵੀ ਬੈਠੇ ਨੇ ਇੱਥੋਂ ਦੀ ਸੰਗਤ ਵਿੱਚ, ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਧਰਮ ਸਥਾਨਾਂ 'ਤੇ ਬਹੁਤਾ ਇਕੱਠ ਵੀ ਬਜ਼ੁਰਗਾਂ ਦਾ ਹੀ ਹੈ। ਮਿਲੀ ਦਾ ਅਰਥ ਹੈ ਗੋਏ,
ਮੈਲ ਤੋਂ ਪੈਦਾ ਹੋਏ। ਗੋਹੇ ਦੀ ਅੱਗ ਜਿਨ੍ਹਾਂ ਨੇ ਬਾਲੀ ਹੈ ਉਹਨਾਂ ਨੂੰ ਪਤਾ ਹੈ, ਅੱਗ ਨਹੀਂ ਬਲਦੀ ਤੁਖਦਾ ਹੈ। ਉਹਦੇ ਅੰਦਰ ਅੱਗ ਹੁੰਦੀ, ਬਾਹਰ ਰੱਖ ਦਿਓ ਦਸ ਮਿੰਟ ਗੋਹਾ ਅਤੇ ਉਹ ਬਾਹਰੋਂ ਲੱਗੇਗਾ ਜੋ ਠੰਡਾ ਹੈ, ਕਿਉਂਕਿ ਅੱਗ ਉਹ ਦਿਸਦੀ ਨਹੀਂ ਪਰ ਅੰਦਰੋਂ ਤੁਖਦਾ ਹੈ। ਅੰਦਰ ਅੱਗ ਹੁੰਦੀ ਹੈ ਅਤੇ ਗੁਰੂ ਨੇ ਲਫਜ਼ ਵਰਤਿਆ, ਕਹਿੰਦਾ ਧੁੱਖਾਂ ਜਿਉਂ ਮਲੀ, ਮੈਂ ਅੰਦਰੋਂ ਦੁਖੀ ਹਾਂ, ਅੰਦਰ ਧੁੱਖ ਰਿਹਾ ਹੈ। ਕਾਰਨ ਕੀ? ਕਿ ਮੈਂ ਸੱਜਣ ਅਤੇ ਦੁਸ਼ਮਣ ਦੀ ਪਛਾਣ ਨਹੀਂ ਕਰ ਸਕੀ। ਨਤੀਜਾ ਇਹ ਹੈ ਵੈਰੀ ਸੰਗਹੇਤ ਸੱਜਣ ਤਿਆਗ ਖਰੇ, ਅਤੇ ਸੱਜਣ ਤਿਆਗ ਖਰੇ ਕਰਕੇ ਦੁਰਜਣ ਨਾਲ ਸਾਂਝ ਪੈਦਾ ਹੋਣ ਕਰਕੇ ਉਹਦੇ ਕੋਲੋਂ ਮਿਲੀ ਹੈ ਦੁਰਮਤ। ਨਿਕਲੀ ਸਾਂ ਉਸ ਸੱਜਣ ਨੂੰ ਢੂੰਡਣ ਜਿਹਦੇ ਨਾਲ ਦੁਰਮਤ ਖਤਮ ਹੋ ਜਾਏ, ਕਿਉਂਕਿ ਲਫ਼ਜ਼ ਸਨ। ਜਿੰਨਾ ਦਿਸੰਦਿਆ ਜਿੰਨਾ ਦਿਸੰਦਿਆ ਦੁਰਮਤ ਮੰਨੇ ਓਏ ਸਾਜਣ ਓਏ ਮੀਤ ਪਿਆਰੇ, ਜਿੰਨਾ ਦਿਸੰਦਣਿਆ ਦੁਰਮਤ ਮੰਜੇ ਮਿੱਤਰ ਅਸਾਡੇ ਸੇਈ ਹਉ ਢੂੰਡੇਂਦੀ ਜੁਗ ਸਮਾਇਆ। ਕਲਮ ਵਾਲੇ ਛੱਡ ਕੇ ਮੈਂ ਉਹਨਾਂ ਦੀ ਢੂੰਡ ਕਰਦੀ ਰਹੀ ਅਤੇ ਸਾਰੇ ਸੰਸਾਰ ਵਿੱਚ ਢੂੰਡਦੀ ਰਹੀ, ਪਛਾਣ ਨਾ ਸਕੀ। ਹਾਂ ਢੂੰਡੇਂਦੀ ਜੁਗ ਸਮਾਇਆ, ਹੁਣ ਪਤਾ ਲੱਗਾ ਜਨ ਨਾਨਕ ਬਿਰਲੇ ਕੇ ਓਏ ਸਾਜਨ ਓਏ ਸਾਜਨ ਓਏ ਮੀਤ ਪਿਆਰ ਓਏ ਸਾਜਨ। ਪੇਟ ਸੰਗ
ਭਵ ਜਲ ਤਾਰੇ ਭੇਟ ਸੰਗੇ ਹੇ ਭਵ ਜਲ ਤਾਰੇ ਹੋਏ ਸਾਜਨ ਹੋਏ ਸਾਜਨ ਹੋਏ ਮੀਤ ਪਿਆਰੇ ਹੋਏ ਸਾਜਨ ਸੱਜਣ ਤੇ ਦੁਸ਼ਮਣ ਦੀ ਪਛਾਣ ਆ ਜਾਏ ਤਾਂ ਤੂੰ ਦੁਰਜਨ ਤੋਂ ਬਚ ਸਕੇਗਾ, ਜੇ ਦੁਰਜਨ ਤੋਂ ਬਚੇਗਾ ਤਾਂ ਦੁਰਮਤ ਤੋਂ ਵੱਧ ਬਚ ਸਕੇਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਇਹਨਾਂ ਸ਼ਬਦਾਂ ਵਿੱਚ ਮਸਲਾ ਦੁਰਮਤ ਦਾ ਖੜਾ ਕਰ ਰਹੇ ਨੇ। ਕਹਿੰਦੇ ਨੇ ਭਲਿਆ ਸਮਝ, ਦੁਰਮਤ ਪੈਦਾ ਕਿੱਥੋਂ ਹੁੰਦੀ ਹੈ? ਦੁਰਜਨ ਕਦੀ ਚੰਗੀ ਮੱਤ ਨਹੀਂ ਦਿੰਦਾ, ਘੁਰਾਏ ਪਾਉਂਦਾ ਹੈ। ਅਸੀਂ ਦੇਖ ਰਹੇ ਹਾਂ, ਆਪਣੇ ਚੁਗਰ ਦੇ ਵਿੱਚ ਵੀ ਦੇਖ ਰਹੇ ਹਾਂ। ਮੈਂ ਹੱਡ ਬੀਤੀਆਂ ਵੀ ਕੀ ਕਹਾਂ, ਕਦੀ ਅੱਜ ਆਪਣਾ ਸਭ ਕੁਝ ਗਵਾ ਬੈਠਣ ਵਾਲੇ ਲੋਕਾਂ ਨੂੰ ਦਾਸ ਨੇ ਆਖਿਆ ਸੀ, ਭਲਿਆ ਤੂੰ ਆਪਣੇ ਮੋਢੇ 'ਤੇ ਚੁੱਕ ਕੇ ਆਪਣੇ ਦੁਸ਼ਮਣ ਨੂੰ ਆਪਣੇ ਘਰ ਲਿਆ ਰਿਹਾ ਹੈ, ਇਹਨੇ ਤੈਨੂੰ ਐਸੇ ਰਾਹ ਪਾਉਣਾ ਕਿ ਤੂੰ ਖਤਰੇ ਨੂੰ ਖਤਮ ਹੋ ਜਾਏ। ਅੱਜ ਉਹ ਕੁਝ ਅਸੀਂ ਦੇਖ ਰਹੇ ਹਾਂ, ਦੇਖ ਰਹੇ ਹਾਂ ਅਤੇ ਸਮੁੱਚੇ ਰੂਪ ਵਿੱਚ ਵੀ ਗੁਰੂ ਇਹੋ ਗੱਲ ਸਮਝ ਆ ਰਹੇ ਨੇ। ਭਲਿਆ ਦੁਰਜਨ ਦੀ ਪਛਾਣ ਕਰ, ਐਸਾ ਨਾ ਹੋਵੇ ਵੈਰੀ ਸੰਗਹੇਤ ਸਾਜਨ ਤੇ ਆਖਰੇ। ਦੁਰਜਨ ਦੀ ਪਛਾਣ ਕਰ ਤਾਂ ਕਿ ਤੂੰ ਉਹਦੀ ਦਿੱਤੀ ਹੋਈ ਮੱਤ 'ਤੇ ਆਪਣੇ ਜੀਵਨ ਦਾ ਜੀਵਨ ਦੀ ਮੰਜ਼ਿਲ ਨਾ ਬਣਾਏ। ਤੈਨੂੰ ਪਤਾ ਹੋਵੇ, ਵਿਸ਼ਵਾਸ ਹੋਵੇ, ਯਕੀਨ ਹੋਵੇ ਕਿ ਦੁਰਜਨ ਕਦੀ ਚੰਗੀ ਮੱਤ ਨਹੀਂ ਦਿੰਦਾ, ਉਹ ਦੁਰਮਤ ਦਿੰਦਾ ਹੈ। ਉਸੇ ਦਾ ਨਾਂ ਜਿਹੜੀ ਉਹ ਮੱਤ ਦਿੰਦਾ ਨਾ, ਉਸਦਾ ਨਾਂ ਹੀ ਦੁਰਮਤ ਹੈ। ਹੁਣ ਆਪਾਂ ਸਤਿਗੁਰੂ ਕਿਰਪਾ ਕਰੇ ਆਉਣ ਵਾਲੇ ਵੀਕ ਵਿੱਚ ਵੀ, ਕਿਉਂਕਿ ਇਸੇ ਮਸਲੇ ਨੂੰ ਅਗਲੇ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਰੱਖਿਆ ਹੈ, ਅਤੇ ਮੈਂ ਚਾਹੁੰਦਾ ਇਹਨੂੰ ਚੰਗੀ ਤਰ੍ਹਾਂ ਸਮਝ ਲਈਏ। ਸੋ ਆਪਾਂ ਵਿਚਾਰਾਂਗੇ ਇਹਨਾਂ ਸ਼ਬਦਾਂ ਨਾਲ। ਖਿਮਾ ਦਾ ਜਾਚਕ ਹਾਂ, ਫਤਿਹ ਬੁਲਾਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।